स्वागत करते हैं जी एक बार फिर आप सब दा अज दे सैकंड विच। मेरे नाल साथ देणगे संदीप संधू जिहड़े कि एक फिटनेस कोच ने अते इहनां दी एक महारत है कि जिथे इन्होंने आप बहुत सारा फैट रिड्यूस किया उस दे नाल नाल हुण लोगों के घरों में जाके उन्होंने ट्रेनिंग देंदे ने। सो जानकारी लैंदे आ संदीप संधू तो कि जेकर असी मोटापेपन का शिकार हाँ तो अपने आप को पतला करना चाहते हैं तो अच्छ फैट बर्नर्स की बड़ी गल चलती है कि हैं फैट बर्नर्स से कि चीज़ों का ध्यान रखने की लड़ है। वेलकम टू द प्रोग्राम। Thank you, Arpit ji. Thank you. So, Sandeep, sanu eh dasso ke motapapan, obesity is a major crisis right now. Kisi bhi samaj ch assi dekh liye, apne Indo-Canadians di gal kar liye, South Asians di gal kar liye, ya mainstream di gal kar liye. So, people are passing through this crisis. Eh, sada lifestyle naal te khaan naal hi judeya ya kuch genetically bhi kuch ede te kuch research hoi hai. Te khaas taur de utte, aaj bahut sare fads chal rahe hain, diets de utte gal chal rahi hai, fat burners di gal chal rahi hai. So, fat burners asal vich hunde ki hai kehne ji? ਦੇਖੋ ਜੀ, ਪਹਿਲਾ ਕੁਐਸਚਨ ਸੀ ਜਿਹੜਾ ਤੁਹਾਡਾ ਕਿ ਜੈਨੇਟਿਕਸ ਨਾਲ ਰਿਲੇਟਡ ਹੈ। ਹਾਂਜੀ ਬਿਲਕੁਲ ਹੈਗਾ। ਅਤੇ ਦੂਜੀ ਗੱਲ ਜਿਹੜੇ ਆਪਾਂ ਖਾਂਦੇ ਹਾਂ ਜੀ, ਇੱਕ ਕਹਾਵਤ ਹੈ ਜੀ, ਜਿਹੜੇ ਲੋਕ ਆਪ ਫੈਟ ਨਾਲ ਜੂਝ ਰਹੇ ਨੇ ਉਹਨਾਂ ਦੇ ਜਿਹੜੇ ਪੈਟਸ ਨੇ ਉਹ ਵੀ ਸੇਮ ਹੀ ਫੈਟ ਨਾਲ ਜੂਝ ਰਹੇ ਆ, ਰਾਈਟ? ਅਤੇ ਦੂਜੀ ਗੱਲ ਆ ਗਈ ਫੈਟ ਬਰਨਰਸ ਦੀ। ਤਿੰਨ ਤਰ੍ਹਾਂ ਦੇ ਫੈਟ ਬਰਨਰਸ ਨੇ ਜੀ। ਇੱਕ ਤਾਂ ਤੁਹਾਨੂੰ ਹੋ ਗਿਆ ਆਪਣੇ ਸਟੇਰੋਇਡਸ, ਰਾਈਟ? ਸਟ੍ਰੇਟ ਅਪ ਸਟੇਰੋਇਡਸ, ਰਾਈਟ? ਦੂਜੇ ਹੋ ਗਏ ਆਪਣੇ ਜਿਹੜੇ ਰੀਅਲ ਫੂਡ ਹੈ ਉਹਦੇ 'ਚੋਂ ਇਨਗਰੀਡੀਐਂਟਸ ਕੱਢ ਕੇ, ਰਾਈਟ, ਉਹਨਾਂ ਨੂੰ ਯੂਜ਼ ਕੀਤਾ ਜਾਂਦਾ ਹੈ, ਉਹਨਾਂ ਨੂੰ ਕਹਿ ਦਿੰਦੇ ਆ CLA, ਰਾਈਟ? ਅਤੇ ਤੀਜਾ ਫੈਟ ਹੁੰਦਾ ਜੀ ਜਿਹੜਾ ਲੈਬ 'ਚ ਬਣਾਇਆ ਜਾਂਦਾ ਹੈ ਫੈਟ ਬਰਨਰ, ਉਹਨੂੰ ਆਈ ਕੈਨ ਕਾਲ ਇਟ ਸਾਲਟ, ਰਾਈਟ? ਰਾਈਟ? ਤਾਂ ਜਿਹੜਾ ਆਪਣਾ ਸਟੇਰੋਇਡ ਹੈ ਉਹ ਕਿਵੇਂ ਕੰਮ ਕਰਦਾ ਹੈ? ਉਹ ਤੁਹਾਡਾ ਥੈਸਟਾਸਟਰੋਨ ਵਧਾ ਦਿੰਦਾ ਹੈ। ਥੈਸਟਾਸਟਰੋਨ ਹੈ ਜਿਹੜਾ ਉਹ ਤੁਹਾਡੇ ਮਸਲ ਵਧਾਉਣ ਨੂੰ ਕੰਮ ਹੈਲਪ ਕਰਦਾ ਹੈ, ਰਾਈਟ? ਅਤੇ ਜਿਹੜਾ ਤੁਹਾਡਾ ਐਸਟ੍ਰੋਜਨ ਲੈਵਲ ਹੁੰਦਾ ਫਿਰ ਉਹ ਲੋਅ ਕਰ ਦਿੰਦਾ। ਐਸਟ੍ਰੋਜਨ ਲੈਵਲ ਤੁਹਾਡਾ ਫੈਟ ਸਟੋਰ ਕਰਦਾ ਬੋਡੀ 'ਚ, ਤਾਂ ਜਦੋਂ ਉਹ ਐਸਟ੍ਰੋਜਨ ਲੈਵਲ ਲੋਅ ਹੋ ਗਿਆ ਤੁਹਾਡਾ ਫੈਟ ਆਪੇ ਰਿਡਿਊਸ ਹੋ ਗਿਆ। ਓਕੇ, ਆਈ ਵਿਲ ਨੋਟ ਰੈਕਮੈਂਡ ਦੈਟ, ਰਾਈਟ? ਡੋਨਟ ਡੂ ਇਟ। ਦੂਜਾ ਜਿਹੜੇ ਸਾਲਟ ਨੇ ਜੀ ਉਹ ਤੁਹਾਡੀ ਜਿਹੜੀ ਹੰਗਰ ਹੈ ਉਹਨੂੰ ਨਮ ਕਰ ਦਿੰਦੇ ਆ, ਠੀਕ ਹੈ? ਫਿਰ ਤੁਹਾਡਾ ਰੋਟੀ ਖਾਣ ਨੂੰ ਜੀ ਨਹੀਂ ਕਰਦਾ, ਅਤੇ ਜਦੋਂ ਖਾਓਗੇ ਹੀ ਨਹੀਂ ਕੁਛ ਤਾਂ ਓਬਵੀਅਸਲੀ ਫੈਟ ਰਿਡਿਊਸ ਹੋ ਜਾਂਦਾ ਹੈ, ਰਾਈਟ? ਤੇ ਜਿਹੜਾ CLA ਹੈ ਜੀ ਇਹ ਤੁਹਾਡੇ ਮੈਟਾਬੋਲਿਜ਼ਮ ਨੂੰ ਵਧਾਉਂਦਾ ਹੈ। ਓਕੇ, CLA ਨੈਚੁਰਲ ਇਨਗਰੀਡੀਐਂਟਸ ਜਿਹੜੇ ਫੂਡ 'ਚੋਂ ਕੱਢ ਕੇ ਬਣਾਇਆ ਜਾਂਦਾ ਹੈ, ਤੁਸੀਂ ਨੈਚੁਰਲ ਫੂਡ ਖਾ ਸਕਦੇ ਹੋ, ਤੁਹਾਨੂੰ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਕੈਪਸੂਲ ਹੀ ਖਾਓ ਜਾ ਕੇ, ਰਾਈਟ? ਬਟਰ ਖਾ ਲਓ, ਚਿਕਨ ਵਿੱਚ ਹੁੰਦਾ CLA, ਬਹੁਤ ਸਾਰੇ ਫੂਡ ਪ੍ਰੋਡਕਟਸ ਨੇ ਜਿੰਨਾ 'ਚ ਹੁੰਦਾ ਹੈ, ਰਾਈਟ? ਤੁਹਾਡਾ ਆਪਣਾ ਕੇਸ ਬੜਾ ਯੂਨੀਕ ਹੈਗਾ ਕਿਉਂਕਿ ਤੁਸੀਂ ਆਪ ਕਾਫੀ ਫੈਟ ਹੈਗੇ ਸੀ ਅਤੇ ਤੁਸੀਂ ਵੀ ਆਪਣੇ ਆਪ ਨੂੰ ਰਿਡਿਊਸ ਕੀਤਾ। ਕਿੰਨੇ ਪਾਊਂਡ ਘਟਾਏ ਸੀ ਵੇਟ ਤੁਸੀਂ ਅਤੇ ਕਿਵੇਂ ਤੁਸੀਂ ਕਿਵੇਂ ਕਰਾਇਆ ਕੀਤਾ? ਮੈਂ ਜੀ, ਮੈਂ ਵੀ ਬਹੁਤ ਕੁਛ ਟਰਾਈ ਕੀਤਾ। ਓਕੇ, ਮੈਂ ਵੀ ਫੈਟ ਬਰਨਰ ਟਰਾਈ ਕੀਤੇ, ਆਹ ਕੀਤਾ ਆਹ ਕੀਤਾ, ਕਿਸੇ ਨਾਲ ਕੋਈ ਫਰਕ ਨਹੀਂ ਪਿਆ। ਮੈਂ 40 pounds ਵੇਟ ਘਟਾਇਆ ਆਪਦਾ। ਓਕੇ, ਇੱਕ ਤਾਂ ਡਿਸਿਪਲਿਨ ਜੀ, ਤੁਸੀਂ ਕੀ ਖਾ ਰਹੇ ਹੋ, ਰਾਈਟ? ਬਹੁਤ ਜ਼ਰੂਰੀ ਹੈ ਤੁਸੀਂ ਕੀ ਖਾ ਰਹੇ ਹੋ। ਦੂਜੀ ਗੱਲ, ਵਰਕਆਊਟਸ, ਕੰਸਿਸਟੈਂਟ ਵਰਕਆਊਟਸ। ਜ਼ਰੂਰੀ ਨਹੀਂ ਹੈਗਾ ਤੁਸੀਂ ਜਾ ਕੇ ਜਿਮ 'ਚ ਸਭ ਤੋਂ ਭਾਰੇ ਡੰਬਲ ਚੱਕਣੇ ਆ, ਜਿੰਨੇ ਤੁਹਾਡੇ 'ਚ ਚੱਕੇ ਜਾਂਦੇ ਉਨੇ ਚੱਕੋ, ਰਾਈਟ? ਅਤੇ ਸਹੀ ਖਾਓ, ਠੀਕ ਹੈ? ਦੈਟਸ ਇਟ, ਦੈਟਸ ਦ ਕੀ ਟੂ ਸਕਸੈਸ। ਓਕੇ, ਬਹੁਤ ਸਾਰੀਆਂ ਮਿਸਕਨਸੈਪਸ਼ਨਸ ਵੀ ਫੈਟ ਬਰਨਰਸ ਨਾਲ ਜੁੜੀਆਂ ਹੋਈਆਂ ਹੈਗੀਆਂ ਨੇ, ਉਹਦੇ ਮਤਲਬ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਕਿਹੜੀਆਂ ਕਿਹੜੀਆਂ ਮਿਸਕਨਸੈਪਸ਼ਨਸ ਜਿੱਥੋਂ ਕਿ ਅਸੀਂ ਨਹੀਂ ਉਹਨਾਂ 'ਚ ਫਸਣਾ ਹੈਗਾ। ਬਿਲਕੁਲ ਜੀ, ਸਭ ਤੋਂ ਪਹਿਲਾਂ ਤੁਹਾਨੂੰ ਮੈਂ ਦੱਸਦਾ, ਸਭ ਸੋਚਦੇ ਆ ਇਹ ਮੈਜਿਕ ਪਿੱਲ ਹੈ, ਅਸੀਂ ਖਾਧੀ ਇੱਕ ਹਫ਼ਤੇ 'ਚ ਸਾਡਾ ਭਾਰ ਘੱਟ ਜਾਣਾ, ਫਿਰ ਅਸੀਂ ਜਿਹੜੀ ਡਰੈਸ ਲਿੱਤੀ ਅਸੀਂ ਉਹਦੇ 'ਚ ਫਿੱਟ ਹੋ ਜਾਣਾ ਬਸ। ਤਾਂ ਐਂ ਕੁਛ ਨਹੀਂ ਹੁੰਦਾ ਜੀ, ਤੁਸੀਂ ਆਪਾਂ ਇੰਨੇ ਪੈਸੇ ਵੇਸਟ ਕਰਦੇ ਹਾਂ। ਇਹ ਫੈਟ ਬਰਨਰਸ ਬਹੁਤ ਮਹਿੰਗੇ ਹੈ ਜੀ, ਸਸਤੇ ਨਹੀਂ ਹੈ, ਕਿਉਂਕਿ ਲੈਬ 'ਚ ਬਣਦੇ ਹੈ, ਰਾਈਟ? ਤਾਂ ਇਹ ਆਪਣੀ ਸਭ ਤੋਂ ਵੱਡੀ ਮਿਸਕਨਸੈਪਸ਼ਨ ਇਹ, ਆਪਾਂ ਦੂਜੀਆਂ ਚੀਜ਼ਾਂ 'ਤੇ ਜ਼ਿਆਦਾ ਭਰੋਸਾ ਕਰਦੇ ਹਾਂ ਆਪਦੇ ਆਪ ਤੋਂ, ਰਾਈਟ? ਰਾਈਟ, ਕਿ ਮੈਂ ਵਰਕਆਊਟ ਨਹੀਂ ਕਰਨਾ, ਮੈਂ ਤਾਂ ਬਸ ਪਿੱਲ ਖਾਣੀ ਹੈ, ਰਾਈਟ? ਅਤੇ ਦੂਜੇ ਜਿਹਦੇ 'ਤੇ ਵਰਕਆਊਟ ਨੇ ਜੀ, ਇਹਦੇ ਇੱਕ ਜਿਹੜਾ ਸਾਲਟ ਹੈ ਇਹ ਜੋ ਤੁਹਾਡੀ ਹੰਗਰ ਨੂੰ ਨਮ ਕਰ ਦਿੰਦਾ, ਤੁਹਾਡੇ ਨਰਵਸ ਸਿਸਟਮ 'ਤੇ ਬੇਸਿਕਲੀ ਅਟੈਕ ਕਰ ਰਿਹਾ, ਰਾਈਟ? ਤੁਸੀਂ ਆਪ ਸੋਚੋ ਕਿ ਇਹ ਕਿਵੇਂ ਤੁਹਾਡੇ ਵਾਸਤੇ ਵਧੀਆ ਹੋ ਸਕਦਾ, ਰਾਈਟ? ਰਾਈਟ, ਤਾਂ ਇਹੋ ਜਿਹੇ ਆਹ ਦੋ ਵੱਡੇ ਮਿਸਕਨਸੈਪਸ਼ਨ ਨੇ ਮੇਰੇ ਹਰ ਇੱਕ ਕਲਾਇੰਟ ਨੂੰ ਮੈਂ ਦੱਸਦਾ। ਸਟੀਰੋਇਡਸ ਦੀ ਅੱਜ ਵਰਤੋਂ ਕਰਕੇ ਆਪਣੇ ਆਪ ਨੂੰ ਸਲਿਮ ਟ੍ਰਿਮ ਬਣਾਉਣ ਦੀ ਕਾਫੀ ਅੱਜ ਜਦੋਂ ਜਹਿਦ ਚੱਲ ਰਹੀ ਹੈਗੀ ਹੈ, ਸਟੀਰੋਇਡਸ ਦੇ ਬਾਰੇ ਸਾਨੂੰ ਦੱਸੋ ਕਿ ਇਹਦੇ ਕੋਈ ਫਾਇਦੇ ਵੀ ਨੇ, ਜਾਂ ਇਨੀਸ਼ਲੀ ਤਾਂ ਤੁਸੀਂ ਦੇਖ ਲੈਂਦੇ ਹੋ ਫਰਕ ਪੈ ਗਿਆ, ਪਰ ਓਵਰਆਲ ਲੌਂਗ ਟਰਮ ਦਾ ਕੀ ਮਾੜੇ ਇਫੈਕਟਸ ਹੁੰਦੇ ਨੇ ਜੀ? ਦੇਖੋ, ਸਟੇਰੋਇਡਸ ਮੈਂ ਨਹੀਂ ਰੈਕਮੈਂਡ ਕਰਦਾ ਕਿਸੇ ਨੂੰ ਵੀ ਲੈਣ ਨੂੰ, ਸਟੇਰੋਇਡਸ ਨਾ ਲਓ ਤੁਸੀਂ, ਸਿੱਧੀ ਜੀ ਗੱਲ ਹੈ, ਰਾਈਟ? ਪਰ ਮੈਂ ਤੁਹਾਨੂੰ ਇਹ ਦੱਸਦਾ ਹੁੰਦਾ ਕੀ ਹੈ ਜਦੋਂ ਸਟੇਰੋਇਡ ਲੈਂਦੇ ਹੋ, ਜਦੋਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਤੁਹਾਡਾ ਟੈਸਟੋਸਟੇਰੋਨ ਲੈਵਲ ਵੱਧ ਜਾਂਦਾ ਹੈ, ਐਸਟ੍ਰੋਜਨ ਥੱਲੇ ਆ ਜਾਂਦੇ ਆ, ਜਿੱਦਣ ਤੁਸੀਂ ਲੈਣੇ
ਛੱਡਤੇ ਸਟੀਰੋਇਡਸ ਰਾਈਟ ਤੁਹਾਡੀ ਬੋਡੀ ਟਰਾਈ ਕਰਦੀ ਹੈ ਐਸਟ੍ਰੋਜਨ ਲੈਵਲ ਅਤੇ ਟੈਸਟੋਸਟੇਰੋਨ ਲੈਵਲ ਨੂੰ ਬੈਲੈਂਸ ਕਰਨ ਦਾ ਉਹਦੇ 'ਚ ਕੀ ਹੁੰਦਾ ਹੈ ਜਦੋਂ ਤੁਹਾਡਾ ਟੈਸਟੋਸਟੇਰੋਨ ਲੈਵਲ ਇੱਥੇ ਹੈ ਤੁਹਾਡੀ ਬੋਡੀ ਐਸਟ੍ਰੋਜਨ ਲੈਵਲ ਓਵਰਸ਼ੂਟ ਕਰ ਲੈਂਦੀ ਹੈ ਅਤੇ ਤੁਹਾਡਾ ਫੈਟ ਗੇਨ ਵਾਪਸ ਹੋ ਜਾਂਦਾ ਹੈ ਤੁਹਾਡੇ ਵਾਟਰ ਰਿਟੈਂਸ਼ਨ ਸ਼ੁਰੂ ਹੋ ਜਾਂਦਾ ਹੈ ਫੈਟ ਗੇਨ ਵਾਪਸ ਸ਼ੁਰੂ ਹੋ ਜਾਂਦਾ ਹੈ ਫਿਰ ਤੁਹਾਨੂੰ ਮੈਂਟਲੀ ਵੀ ਤੁਹਾਡਾ ਹਾਰਮੋਨਲ ਇੰਨਾ ਚੇਂਜ ਹੋ ਗਿਆ ਤੁਸੀਂ ਮੈਂਟਲੀ ਵੀ ਸਟੇਬਲ ਨਹੀਂ ਰਹਿ ਪਾਉਂਦੇ ਤਾਂ ਫਿਰ ਉੱਤੋਂ ਤੁਸੀਂ ਇੰਨੇ ਪਤਲੇ ਸੀਗੇ ਤੁਹਾਨੂੰ ਲੱਗਦਾ ਸੀਗਾ ਲੋਕਾਂ ਨੂੰ ਲੱਗਦਾ ਹੈ ਕਿ ਅਸੀਂ ਪਤਲਿਆਂ ਦੇ ਬਹੁਤ ਸੋਹਣੇ ਲੱਗਦੇ ਹਾਂ ਫਿਰ ਅਚਾਨਕ ਇਹ ਨਾ ਜੀ ਮਹੀਨੇ 'ਚ ਹੀ ਹੋ ਜਾਂਦਾ ਸਾਰਾ ਕੁਛ ਤਾਂ ਮਹੀਨੇ 'ਚ ਤੁਸੀਂ ਉਸ ਡਰੈਸ 'ਚ ਫਿੱਟ ਵੀ ਨਹੀਂ ਹੋ ਸਕਦੇ ਜਿਹੜੀ ਤੁਸੀਂ ਪਾਈ ਸੀਗੀ ਰਾਈਟ ਜਿਹੜੀ ਡਰੈਸ 'ਚ ਬਣਨ ਵਾਸਤੇ ਤੁਸੀਂ ਇਹ ਸਭ ਕੁਛ ਕੀਤਾ ਸੀਗਾ ਤਾਂ ਮੈਂਟਲੀ ਬਹੁਤ ਇਫੈਕਟ ਹੋ ਜਾਂਦਾ ਹੈ ਪਰ ਫਿਰ ਕਿਸ ਕਿਸਮ ਦੇ ਲੋਕ ਇਹ ਫੈਟ ਬਰਨਰਸ ਤੇ ਸਟੀਰੋਇਡਸ ਵਰਤ ਰਹੇ ਹੈਗੇ ਨੇ ਜੀ ਜਿਨ੍ਹਾਂ ਨੂੰ ਕੁਇਕ ਰਿਜ਼ਲਟਸ ਚਾਹੀਦੇ ਆ ਜਿਨ੍ਹਾਂ ਨੂੰ ਚਾਹੀਦਾ ਕਿ ਉਹ ਮੈਂ ਮੇਰੀ ਪਰਸੋਂ ਪਾਰਟੀ ਹੈ ਮੈਂ ਕੀ ਕਰਾਂ ਹੁਣ ਲਾਈਕ ਇੰਨੀ ਜਿਨ੍ਹਾਂ ਨੂੰ ਐਂ ਹੈ ਕਿ ਬਸ ਮੈਜਿਕ ਹੋ ਜਾਏ ਤਾਂ ਮੇਰਾ ਸਾਰਾ ਕੁਛ ਵੀ ਮੈਂ ਬੈਕ ਟੂ ਨੋਰਮਲ ਹੋ ਜਾਂ ਉਹ ਲੋਕ ਜਿਹੜੇ ਜਿਨ੍ਹਾਂ ਨੂੰ ਵੈਡਿੰਗ ਆ ਰਹੀ ਹੈ ਜਾਂ ਫਿਰ ਕੋਈ ਇੰਪੋਰਟੈਂਟ ਲਾਈਫ ਇਵੈਂਟ ਆ ਰਿਹਾ ਹੈ ਉਹਨਾਂ ਵਾਸਤੇ ਤਾਂ ਸਟੀਰੋਇਡ ਜਾਂ ਫੈਟ ਬਰਨਰਸ ਤਾਂ ਇੱਕ ਉਹ ਐਂ ਸਮਝਦੇ ਵੀ ਇਹ ਤਾਂ ਸਾਡੇ ਬੈਸਟ ਫਰੈਂਡਸ ਨੇ ਨਹੀਂ ਬਟ ਸੰਦੀਪ ਬੈਸਟ ਫਰੈਂਡਸ ਤਾਂ ਸਮਝਦੇ ਨੇ ਪਰ ਜਿਹੜੇ ਇਹਦੇ ਮਾੜੇ ਸਾਈਡ ਇਫੈਕਟਸ ਨੇ ਉਹ ਕੀ ਉਸ ਤੋਂ ਉਸਦੇ ਬਾਰੇ ਇਹਨਾਂ ਨੂੰ ਕੁਝ ਨਹੀਂ ਪਤਾ ਹੁੰਦਾ ਕਿਉਂਕਿ ਹਾਂ ਇੱਕ ਦੋ ਦਿਨਾਂ 'ਚ ਤੁਸੀਂ ਆਪਣੇ ਆਪ ਨੂੰ ਉਸ ਡਰੈਸ ਲਈ ਤਾਂ ਫਿੱਟ ਕਰ ਲਿਆ ਬਟ ਵਾਟ ਅਬਾਊਟ ਦ ਰੈਮੀਫਿਕੇਸ਼ਨਸ ਲੇਟਰ ਔਨ ਉਹਦਾ ਤਾਂ ਮਾੜਾ ਹੀ ਨੁਕਸਾਨ ਹੋਣਾ ਬਿਲਕੁਲ ਜੀ ਬਹੁਤ ਬਹੁਤ ਵਧੀਆ ਗੱਲ ਕੀਤੀ ਹੈ ਤੁਸੀਂ ਬਹੁਤ ਵਧੀਆ ਕੁਐਸਚਨ ਪੁੱਛਿਆ ਉਹ ਕੋਈ ਨਹੀਂ ਆ ਕੇ ਮੈਨੂੰ ਮੇਰੇ ਵੀ ਜਿਹੜੇ ਕਲਾਇੰਟਸ ਨੇ ਉਹ ਮੈਨੂੰ ਐਂ ਨਹੀਂ ਪੁੱਛਦੇ ਵੀ ਇਹਦਾ ਸਾਈਡ ਇਫੈਕਟ ਕੀ ਆ ਉਹ ਉਹਨਾਂ ਦਾ ਕੁਐਸਚਨ ਇਹ ਹੁੰਦਾ ਕਿ ਸਟੀਰੋਇਡ ਲੈ ਕੇ ਮੈਂ ਪਤਲਾ ਹੋ ਜਾਊਂਗਾ ਜਾਂ ਪਤਲੀ ਹੋ ਜਾਊਂਗੀ ਰਾਈਟ ਉਹ ਐਂ ਨਹੀਂ ਪੁੱਛਦੇ ਵੀ ਜੇ ਮੈਂ ਲੈ ਲਿਆ ਤਾਂ ਉਹ ਤੋਂ ਬਾਅਦ ਕੀ ਹੋਊਗਾ ਰਾਈਟ ਇਸ ਕਰਕੇ ਮੈਂ ਉਹਨਾਂ ਨੂੰ ਕਹਿਣਾ ਹੈ ਕਿ ਟ੍ਰੇਨਿੰਗ ਕਰੋ ਤੁਸੀਂ ਡਿਸਿਪਲਿਨ ਤੁਹਾਡੀ ਲਾਈਫ 'ਚ ਵੀ ਆਊਗਾ ਅਤੇ ਤੁਹਾਡੀ ਬੋਡੀ ਵੀ ਤੁਹਾਨੂੰ ਵਧੀਆ ਲੱਗੂਗੀ ਤੁਹਾਡੀ ਦੇਖੋ ਜੀ ਕੋਈ ਵੀ ਚੀਜ਼ ਅਨਨੈਚੁਰਲ ਹੈ ਤੁਹਾਡੀ ਬੋਡੀ ਨੂੰ ਐਡਜਸਟ ਕਰਨ ਦਾ ਟਾਈਮ ਹੀ ਨਹੀਂ ਮਿਲਦਾ ਰਾਈਟ ਜਿਹੜਾ ਤੁਸੀਂ ਵੇਟ ਗੇਨ ਜਾਂ ਵੇਟ ਲੋਸ ਕਰ ਲਿਆ ਐਬਸੋਲੂਟਲੀ ਬੀ ਨੈਚੁਰਲ ਲੈਟ ਯੂਰ ਬੋਡੀ ਐਡਜਸਟ ਵੀ ਜੋ ਵੀ ਤੁਸੀਂ ਚੇਂਜ ਲਿਆ ਰਹੇ ਹੋ ਆਫ ਦੀ ਬੋਡੀ 'ਚ ਹਿਊਮਨ ਬੋਡੀ ਬਹੁਤ ਕਮਾਲ ਦੀ ਹੈ ਜੀ ਜੋ ਮਰਜ਼ੀ ਚੇਂਜ ਲਿਆ ਸਕਦੇ ਹੋ ਐਸ ਲੌਂਗ ਐਸ ਥਰੂ ਡਿਸਿਪਲਿਨ ਥਰੂ ਡਿਸਿਪਲਿਨ ਨਾਟ ਥਰੂ ਮੈਜਿਕ ਪਿਲਸ ਔਰ ਜਸਟ ਥਿੰਕਿੰਗ ਕਿ ਇੱਕਦਮ ਇਹ ਸਭ ਕੁਝ ਹੋ ਜਾਏ ਐਗਜ਼ੈਕਟਲੀ ਅੱਛਾ ਅੱਜ ਬਲੈਕ ਕਾਫੀ ਦੇ ਬਾਰੇ ਕਾਫੀ ਚਰਚਾ ਹੋ ਰਹੀ ਕਿ ਦੈਟਸ ਆਲਸੋ ਵੈਰੀ ਗੁੱਡ ਫੈਟ ਬਰਨਰ ਉਹਦੇ ਬਾਰੇ ਦੱਸੋ ਕਿ ਕੀ ਹੈਗਾ ਕੀ ਇਹਦਾ ਫਾਇਦਾ ਹੈਗਾ ਠੀਕ ਹੈ ਜੀ ਦੇਖੋ ਜਿਵੇਂ ਆਪਾਂ ਅੱਜ ਹੁਣੇ ਬੈਠੇ ਹਾਂ ਜੀ ਆਪਣੀ ਬੋਡੀ ਸਟਿਲ ਕੈਲੋਰੀਜ਼ ਬਰਨ ਕਰ ਰਹੀ ਹੈ ਰਾਈਟ ਜੇ ਮੈਂ ਕਾਫੀ ਪੀਤੀ ਹੋਈ ਹੈ ਮੇਰੀ ਬੋਡੀ ਤੁਹਾਡੀ ਬੋਡੀ ਤੋਂ ਜ਼ਿਆਦਾ ਕੈਲੋਰੀਜ਼ ਬਰਨ ਕਰ ਰਹੀ ਹੈ ਬਿਕੋਜ਼ ਮੇਰਾ ਹਾਰਟ ਤੇਜ਼ ਚੱਲ ਰਿਹਾ ਜੀ ਮੇਰੀ ਕਿਡਨੀਜ਼ ਤੇਜ਼ ਥੋੜ੍ਹਾ ਜ਼ਿਆਦਾ ਕੰਮ ਕਰ ਰਹੀਆਂ ਨੇ ਲੀਵਰ ਜ਼ਿਆਦਾ ਕੰਮ ਕਰ ਰਹੇ ਜੀ ਅਤੇ ਇਹਦਾ ਇੰਨਾ ਕੀ ਡਿਫਰੈਂਸ ਹੈ ਜੀ ਲੋਕਾਂ ਨੂੰ ਐਂ ਲੱਗਦਾ ਕਿ ਅਸੀਂ ਤਾਂ ਬਸ ਹੁਣ ਕਾਫੀ ਪੀ ਕੇ ਜਾਂ ਗ੍ਰੀਨ ਟੀ ਪੀ ਕੇ ਹੀ ਵੇਟ ਘਟਾਉਣਾ ਰਾਈਟ ਇਹ ਥੋੜ੍ਹਾ ਬਹੁਤ ਹੁੰਦਾ ਹੈ ਜੀ 95% ਵਰਕਆਊਟ ਐਂਡ ਡਿਸਿਪਲਿਨ 5% ਯੂ ਕੈਨ ਸੇ ਕਾਫੀ ਔਰ ਗ੍ਰੀਨ ਟੀ ਹੈਲਪ ਰਾਈਟ ਰਾਈਟ ਐਂਡ ਫਾਈਨਲੀ ਕੀ ਮੈਸੇਜ ਦੇਣਾ ਚਾਹੋਗੇ ਸਾਡੇ ਵਿਊਜ਼ ਨੂੰ ਕਿਉਂਕਿ ਤੁਹਾਡੀ ਗੱਲਾਂ ਤੋਂ ਤਾਂ ਇਹੀ ਆਇਆ ਬੀ ਨੈਚੁਰਲ ਫੋਲੋ ਦ ਪ੍ਰੋਸੈਸ ਗਿਵ ਯੋਰਸੈਲਫ ਟਾਈਮ ਲੈਟ ਯੋਰ ਬੋਡੀ ਐਡਜਸਟ ਡੂ ਸਮ ਵਰਕਆਊਟ ਇਹ ਸਾਰੀਆਂ ਚੀਜ਼ਾਂ ਦਾ ਇਹ ਸਟੀਰੋਇਡਸ ਅਤੇ ਫੈਟ ਬਰਨਰਸ ਦਾ ਜੋ ਅਸੀਂ ਜ਼ਿਕਰ ਕੀਤਾ ਉਸ ਮਤਲਬ ਕੀ ਅਖੀਰ ਵਿੱਚ ਕਹਿਣਾ ਚਾਹੋਗੇ ਮੈਂ ਇਹ ਕਹਿਣਾ ਚਾਹੂੰਗਾ ਜੀ ਜੇ ਤੁਸੀਂ ਕੋਈ ਵੀ ਚੀਜ਼ ਕਰਦੇ ਹੋ ਸਟੀਰੋਇਡਸ ਫੈਟ ਬਰਨਰਸ ਈਵਨ ਐਕਸਰਸਾਈਜ਼ ਜੀ ਐਜੂਕੇਟ ਯੋਰਸੈਲਫ ਰਾਈਟ ਬਾਹਰ ਅੱਜ ਕੱਲ੍ਹ ਗੂਗਲ 'ਤੇ ਇੰਨਾ ਕੁਛ ਆਡੀਓ ਬੁੱਕਸ ਨੇ ਜੀ ਤੁਸੀਂ ਈ ਬੁੱਕਸ ਲੈ ਸਕਦੇ ਹੋ ਲਾਇਬ੍ਰੇਰੀ ਚਲੇ ਜਾਓ ਐਜੂਕੇਟ ਯੋਰਸੈਲਫ ਰਾਈਟ ਜਾਂ ਫਿਰ ਕਿਸੇ ਵੀ ਇਹੋ ਜਿਹੇ ਬੰਦੇ ਨੂੰ ਜਿਹੜਾ ਕੋਈ ਪਰਸਨਲ ਟ੍ਰੇਨਰ ਹੈ ਕਿਸੇ ਵੀ ਜਿਮ 'ਚ ਜਾਓ ਉਹਨਾਂ ਦੀ ਜੋ ਵੀ ਫੀਸ ਹੈ ਉਹਨਾਂ ਨੂੰ ਦੇ ਦਿਓ ਆਖੋ ਇੱਕ ਘੰਟਾ ਮੈਂ ਸਿਰਫ ਗੱਲ ਕਰਨੀ ਹੈ ਤੁਹਾਡੇ ਨਾਲ ਰਾਈਟ ਪੁੱਛੋ ਸਮ ਪ੍ਰੋਫੈਸ਼ਨਲ ਐਡਵਾਈਸ ਲਓ ਯਾ ਐਗਜ਼ੈਕਟਲੀ ਗ੍ਰੇਟ ਥੈਂਕ ਯੂ ਫੋਰ ਦਿਸ ਪਰਸਪੈਕਟਿਵ ਕਿਉਂਕਿ ਇਹ ਬਹੁਤ ਜ਼ਰੂਰੀ ਅੱਜ ਸਾਡੇ ਸਮਾਜ ਦੇ ਵਿੱਚ ਇਹ ਚੀਜ਼ਾਂ ਕਾਫੀ ਪ੍ਰਚਲਿਤ ਹੋ ਰਹੀਆਂ ਨੇ ਸੋ ਲੈਟਸ ਨਾਟ ਟੇਕ ਦ ਸ਼ਾਰਟਕੱਟ ਲੈਟਸ ਗੋ ਫੋਰ ਅ ਲੌਂਗ ਕੱਟ ਕਿ ਵਿੱਚ ਪੂਰੀ ਮਿਹਨਤ ਕਰਕੇ ਆਪਣੇ ਸਰੀਰ ਨੂੰ ਤੰਦਰੁਸਤ ਰੱਖੀਏ ਤੁਹਾਡਾ ਧੰਨਵਾਦ ਕਿਸੇ ਸਮੇਂ ਇੱਕ ਹੋਰ ਮੁੱਦੇ ਉੱਤੇ ਤੁਹਾਡੇ ਨਾਲ ਗੱਲ ਕਰਨਾ ਚਾਹਾਂਗਾ ਉਹ ਹੈ ਲਿਪੋਸਕਸ਼ਨ ਜਿਹੜਾ ਕਿ ਅੱਜ ਕੱਲ੍ਹ ਓਪਰੇਸ਼ਨ ਕਰਵਾ ਕੇ ਆਪਣੇ ਆਪ ਨੂੰ ਪਤਲਾ ਕਰਵਾਇਆ ਜਾਂਦਾ ਹੈ ਉਹਦਾ ਕੀ ਨੁਕਸਾਨ ਹੈ ਫਾਇਦਾ ਹੁੰਦਾ ਇਹਦੇ ਬਾਰੇ ਗੱਲ ਕਰਾਂਗੇ ਕਿਸੇ ਹੋਰ ਸਮੇਂ ਤੁਹਾਡਾ ਧੰਨਵਾਦ ਥੈਂਕ ਯੂ ਅਰਪ੍ਰੀਤ ਜੀ